ਮਰਿੰਡੇ ਵਿੱਚ ਹੋਈ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਸਿੱਖ ਸੰਗਤਾਂ ਵੱਲੋਂ ਫੁਆਰਾ ਚੌਂਕ ਪਟਿਆਲਾ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਗੁਰੂ ਘਰ ਵਿੱਚ ਜਾ ਕੇ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਪਟਿਆਲਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ। ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਦੇ ਪਾਵਨ ਅਸਥਾਨ ਕੋਤਵਾਲੀ ਸਾਹਿਬ ਮਰਿੰਡੇ ਵਿਖੇ ਜੋ ਚੱਲਦੇ ਆ ਅਖੰਡ ਪਾਠ ਸਾਹਿਬ ਮਹਾਰਾਜ ਦੇ ਦੋ ਗ੍ਰੰਥੀ ਸਿੰਘ ਜਿਹੜੇ ਪਾਠ ਕਰ ਰਹੇ ਸਨ, ਉਹਨਾਂ ਪਾਠ ਕਰਦੇ ਗ੍ਰੰਥੀ ਸਿੰਘਾਂ 'ਤੇ ਇੱਕ ਸ਼ਰਾਰਤੀ ਅਨਸਰ ਵੱਲੋਂ ਜੋ ਉੱਥੇ ਉਹਨਾਂ ਨਾਲ ਮਾਰ ਕੁਟਾਈ ਕੀਤੀ ਗਈ ਹੈ, ਨਾਲ ਸਤਿਗੁਰਾਂ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ। ਇਹ ਪਹਿਲਾਂ 2015 ਤੋਂ ਇਹ ਬੇਅਦਬੀਆਂ ਹੋ ਰਹੀਆਂ ਨੇ। ਇਸ ਲਈ ਅੱਜ ਪਟਿਆਲਾ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇੱਕ ਸ਼ਾਂਤਮਈ ਫੁਹਾਰਾ ਚੌਂਕ 'ਤੇ ਬੈਠ ਕਰਕੇ ਗੁਰਬਾਣੀ ਦਾ ਜਾਪ ਕਰਕੇ ਇੱਕ ਧਰਨਾ ਲਗਾਇਆ ਜਾ ਰਿਹਾ ਹੈ। ਜਿੰਨੀ ਦੇਰ ਤੱਕ ਸਾਡੇ ਜਿਹੜੇ ਸਿੱਖ ਨੇ ਉਹ ਸਾਰੇ ਆਪਣੇ ਘਰਾਂ ਤੋਂ ਬਾਹਰ ਸੜਕਾਂ 'ਤੇ ਆ ਕੇ ਨਹੀਂ ਬੈਠਦੇ, ਇਹਨਾਂ ਬੇਅਦਬੀਆਂ ਨੂੰ ਠੱਲ ਨਹੀਂ ਪੈਣੀ। ਇਹ ਇਕੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਕਿ ਇਹਨਾਂ ਬੇਅਦਬੀਆਂ 'ਤੇ ਠੱਲ ਪੈ ਸਕੇ ਉਹਨਾਂ ਵੱਲੋਂ, ਇਹ ਹਰ ਇੱਕ ਇਕੱਲੇ ਇਕੱਲੇ ਸਿੱਖ ਦਾ ਫਰਜ਼ ਬਣਦਾ ਹੈ। ਉਹ ਸੜਕਾਂ 'ਤੇ ਆਉਣ, ਆ ਕੇ ਸ਼ਾਂਤਮਈ ਧਰਨੇ ਦੇਣ, ਅਤੇ ਜਿਹੜਾ ਵੀ ਵਿਅਕਤੀ ਬੇਅਦਬੀ ਕਰਦਾ, ਇੱਕ ਕਾਨੂੰਨ ਬਣਾਉਣਾ ਚਾਹੀਦਾ ਸਰਕਾਰ ਵੱਲੋਂ ਕਿ ਉਸ ਵਿਅਕਤੀ ਨੂੰ ਸਜ਼ਾ ਇਹ ਮੌਤ, ਮੌਤ ਦੀ ਸਜ਼ਾ। ਜਿੰਨੀ ਦੇਰ ਕਾਨੂੰਨ ਨਹੀਂ ਬਣਦਾ ਉਨੀ ਦੇਰ ਤੱਕ ਇਹਨਾਂ ਬੇਅਦਬੀਆਂ ਨੂੰ ਠੱਲ ਨਹੀਂ ਪੈਣੀ। ਉਹਨਾਂ ਮਹਾਨ ਸ਼ਹੀਦਾਂ ਦੇ ਪਾਵਨ ਅਸਥਾਨ 'ਤੇ ਇਹ ਬੇਅਦਬੀਆਂ ਹੋਈਆਂ, ਜਿਨ੍ਹਾਂ ਸਾਡੇ ਬਾਬਿਆਂ ਨੇ, ਸਾਹਿਬਜ਼ਾਦਿਆਂ ਨੇ ਉਸ ਜ਼ਾਲਮ ਸਰਕਾਰ ਦੀਆਂ ਜੜ੍ਹਾਂ ਪੁੱਟੀਆਂ, ਅਤੇ ਅੱਜ ਉਹਨਾਂ ਦੇ ਅਸਥਾਨਾਂ 'ਤੇ ਐਸੀਆਂ ਸਤਿਗੁਰਾਂ ਦੇ ਸਾਡੇ ਪਿਓ ਦੀ ਬੇਅਦਬੀ ਹੋਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਕਾਇਨਾਤ ਦੇ ਪਿਓ ਨੇ, ਪਿਤਾ ਜੀ ਨੇ, ਅਤੇ ਜੇ ਸਾਡੇ ਗੁਰੂ ਦੀ ਬੇਅਦਬੀ ਹਰ ਇੱਕ ਉੱਠ ਕੇ ਕਰਦਾ, ਜੇ ਕਾਨੂੰਨ ਨੂੰ ਫੜਾਉਂਦੇ ਆ ਪੁਲਿਸ ਪ੍ਰਸ਼ਾਸਨ ਦੇ ਕੋਲ, ਉਹ ਸਿੰਘ ਜਾਂਦੇ ਨੇ ਜਿਹੜੇ ਸ਼ਰਾਰਤੀ ਅਨਸਰ ਬੇਅਦਬੀਆਂ ਕਰਦੇ ਨੇ, ਅਤੇ ਕਹਿ ਕੇ ਅੱਗੋਂ ਪੁਲਿਸ ਮੁਲਾਜ਼ਮਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਕਿ ਇਹ ਮੈਂਟਲ ਹੈ। ਇਸ ਲਈ ਜਿੰਨੀ ਦੇਰ ਤੱਕ ਉਸ ਦਾ ਸੋਧਾ ਮੌਕੇ 'ਤੇ ਨਾ ਲਾਇਆ ਜਾਏ, ਉਨੀ ਦੇਰ ਤੱਕ ਇਹਨਾਂ ਬੇਅਦਬੀਆਂ ਨੂੰ ਠੱਲ ਨਹੀਂ ਪੈਣੀ। ਇਸ ਲਈ ਸਮੂਹ ਸੰਗਤ ਨੂੰ ਬੇਨਤੀ ਹੈ, ਇਕੱਲੇ ਇਕੱਲੇ ਸਿੱਖ ਦਾ ਫਰਜ਼ ਬਣਦਾ, ਗੁਰੂ ਘਰਾਂ ਦੇ ਵਿੱਚ ਆਪਾਂ ਵੱਖੋ ਵੱਖ ਡਿਊਟੀਆਂ ਲਾਈਏ, ਆਪ ਬੈਠ ਕੇ ਉੱਥੇ ਪਹਿਰੇ ਦਈਏ, ਤਾਂ ਇਹਨਾਂ ਬੇਅਦਬੀਆਂ ਨੂੰ ਠੱਲ ਪਏਗੀ, ਨਹੀਂ ਤਾਂ ਇਹਦਾ ਕੋਈ ਹੋਰ ਹੱਲ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।